ਜੰਮੂ ਤੋਂ ਮੰਦਭਾਗ ਦੀ ਖਬਰ ਆਈ ਹੈ ਜਿੱਥੇ ਡਿਊਟੀ ਦੌਰਾਨ 22 ਸਾਲਾ ਅਗਨੀਵੀਰ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਸੁਖਵਿੰਦਰ ਬਰਨਾਲਾ ਦੇ ਪਿੰਡ ਮਹਿਤਾ ਦਾ ਰਹਿਣ ਵਾਲਾ ਸੀ ਜੋ ਕਿ 1 ਸਾਲ 9 ਮਹੀਨੇ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ। ਅੱਜ ਜਿਵੇਂ ਹੀ ਅਗਨੀਵੀਰ ਸਿਪਾਹੀ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਮਹਿਤਾ ਪਹੁੰਚੀ ਤਾਂ ਸੋਗ ਦੀ ਲਹਿਰ ਫੈਲ ਗਈ। ਗਮਗੀਨ ਮਾਹੌਲ ਵਿੱਚ ਸੁਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵਿਧਾਇਕ ਲਾਭ ਸਿੰਘ ਉੱਗੋ ਕੇ SDM ਪੂਨਮਪ੍ਰੀਤ ਕੌਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ। ਸਾਡੇ ਹਲਕੇ ਦਾ ਮਾਨ ਸਾਡੇ ਪਿੰਡ ਮਹਿਤੇ ਤੋਂ ਵੀਰ ਸੁਖਵਿੰਦਰ ਸਿੰਘ ਜਿਹੜੇ ਸ਼ਾਇਦ ਕੱਲ੍ਹ ਦੇਸ਼ ਦੀ ਜਿਹੜੀ ਫੌਜ ਦੇ ਵਿੱਚ ਡਿਊਟੀ ਦੇ ਦੌਰਾਨ ਉਹਨਾਂ ਦੀ ਸ਼ਹੀਦੀ ਹੋਈ ਆ, ਅੱਜ ਉਹਨਾਂ ਦੇ ਜਿਹੜਾ ਸਰੀਰ ਨੂੰ ਅੰਤਿਮ ਸੰਸਕਾਰ ਇੱਥੇ ਕੀਤਾ ਗਿਆ ਅਤੇ ਅਸੀਂ ਬੜੀ ਦੁੱਖ ਦੀ ਘੜੀ ਦੇ ਵਿੱਚ ਸਾਰੇ ਇਲਾਕੇ ਦੇ ਸਾਥੀ ਪਿੰਡ ਵਾਸੀ ਪਹੁੰਚੇ ਹੋਏ ਔਰ ਪਰਿਵਾਰ ਦੇ ਨਾਲ ਬੜੀ ਹਮਦਰਦੀ ਹੈ ਕਿਉਂਕਿ 22 ਸਾਲ ਦੀ ਉਮਰ ਦੇ ਵਿੱਚ ਨੌਜਵਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਔਰ ਜਿਹੜਾ ਕੇਂਦਰ ਦੇ ਵੱਲੋਂ ਸਾਡੇ ਅਗਨੀਵੀਰ ਜਿਹੜੀ ਦੀ ਸ਼ੁਰੂ ਕਰੀ ਗਈ ਸੀ ਉਸ ਭਰਤੀ ਦੇ ਵਿੱਚ ਮੁੰਡੇ ਨੂੰ 1.5-2 ਸਾਲ ਹੀ ਹੋਏ ਸੀ ਹਲੇ ਇਸ ਨੌਜਵਾਨ ਨੂੰ ਭਰਤੇ ਹੋਇਆਂ ਨੂੰ। ਸੋ ਪਰਿਵਾਰ 'ਤੇ ਬੜਾ ਦੁੱਖਾਂ ਦਾ ਜਿਹੜਾ ਪਹਾੜ ਆ ਉਹ ਟੁੱਟਿਆ। ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦੋਂ ਵਾਹਿਗੁਰੂ ਬਖਸ਼। ਦੇਖੋ ਜੀ, ਮੈਂ ਹਲੇ ਪਹੁੰਚੇ ਹੀ ਹਾਂ, ਮੇਰੀ OSD ਸਾਹਿਬ ਨਾਲ, CM ਸਾਹਿਬ ਦੇ OSD ਸਾਹਿਬ ਨਾਲ ਮੈਂ ਇਨਫੋਰਮੇਸ਼ਨ ਦੇ ਦਿੱਤੀ ਗਈ ਆ। ਸੋ ਅੱਜ ਹੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਇਸ ਵਿਸ਼ੇ 'ਤੇ ਗੱਲ ਕਰਕੇ ਜੋ ਵੀ ਸਰਕਾਰ ਵੱਲੋਂ ਕੋਈ ਬਣਦੀ ਮਦਦ ਇਹਨਾਂ ਦੀ ਹੋਊਗੀ, ਜੋ ਪਹਿਲਾਂ ਜਿਵੇਂ ਜਿਸ ਤਰ੍ਹਾਂ ਕੀਤੀ ਜਾਂਦੀ ਹੈ, ਮੈਂ ਸੀਮ ਸਾਹਿਬ ਦੇ ਧਿਆਨ ਦੇ ਵਿੱਚ ਅੱਜ ਲਿਆ ਕੇ ਬਹੁਤ ਜਲਦ ਮੈਂ ਕੋਸ਼ਿਸ਼ ਕਰਾਂਗੀ ਕਿ ਆਪਾਂ ਉਹ ਮਦਦ ਜਿਹੜੀ ਪਰਿਵਾਰ ਨੂੰ ਦਵਾਈ ਜਾ ਸਕੇ। ਹਾਂਜੀ, ਅਸੀਂ ਮਹਿਤਾ ਪਿੰਡ ਦੇ ਵਿੱਚ ਪ੍ਰਸ਼ਾਸਨ ਵੱਲੋਂ ਔਰ ਪੁਲਿਸ ਵੱਲੋਂ ਇੱਥੇ ਸਵੇਰ ਦੇ ਹਾਜ਼ਰ ਹੈਗੇ ਹਾਂ। ਜਦੋਂ ਪਤਾ ਲੱਗਾ ਸੀ ਇਸ ਅਣਸੁਖਾਵੀਂ ਘਟਨਾ ਦੇ ਬਾਰੇ ਤਾਂ ਪਰਿਵਾਰ ਨਾਲ ਅਸੀਂ ਮਿਲੇ, ਉਹਨਾਂ ਨੂੰ ਆਪਾਂ ਭਰੋਸਾ ਦਿੱਤਾ ਕਿ ਅਸੀਂ ਉਹਨਾਂ ਦੇ ਨਾਲ ਹੈਗੇ ਹਾਂ। ਮੈਨੂੰ ਇੱਕ ਜਾਣਕਾਰੀ ਮਿਲੀ ਸੀਗੀ, ਪਿੰਡ ਮਹਿਤਾ ਨੀਅਰ ਤਪਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਇੱਕ ਸੁਖਵਿੰਦਰ ਸਿੰਘ ਜੋ ਅਗਨੀਵੀਰ ਦੇ ਵਿੱਚ ਭਰਤੀ ਪਿਛਲੇ ਸਮੇਂ ਦੇ ਵਿੱਚ ਹੋਇਆ ਸੀ, 22 ਸਾਲ ਦੀ ਉਮਰ ਹੈ। ਉਹਨਾਂ ਦੇ ਫਾਦਰ ਪਹਿਲਾਂ ਹੀ ਆਰਮੀ ਦੇ ਵਿੱਚ ਸੇਵਾ ਨਿਭਾ ਕੇ ਆਏ ਨੇ ਸੂਬੇਦਾਰ, ਅਤੇ ਉਹਨਾਂ ਦੇ ਘਰ ਕੋਈ ਇੱਦਾਂ ਦੀ ਮਤਲਬ ਜਾਣਕਾਰੀ ਆਈ ਸੀ ਜਿਹਦਾ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ। ਅਸੀਂ ਸਾਬਕਾ ਸੈਨਿਕ ਐਕਸ਼ਨ ਗਰੁੱਪ ਵੱਲੋਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ।